ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਜੋਤ ਦੇ ਛੇਵੇਂ ਵਾਰਸ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਜਿਨ੍ਹਾਂ ਦਾ ਗੁਰਗੱਦੀ ਨਸ਼ੀਨੀ ਗੁਰਪੁਰਬ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਸੰਸਾਰ ਭਰ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਹਨ, ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਜਬਰ ਦਾ ਸਬਰ ਨਾਲ ਮੁਕਾਬਲਾ ਕਰਦੇ ਹੋਏ ਸ਼ਾਂਤਮਈ ਢੰਗ ਦੇ ਨਾਲ ਆਪਣੀ ਸ਼ਹਾਦਤ ਦਿੱਤੀ। ਸ਼ਹਾਦਤ ਦੇਣ ਤੋਂ ਪਹਿਲਾਂ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਦੀ ਧਰਤੀ ਵੱਲ ਤੁਰਨ ਲੱਗੇ ਸਨ, ਉਸ ਵੇਲੇ ਉਹਨਾਂ ਨੇ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਜਿੱਥੇ ਆਉਣ ਵਾਲੇ ਭਵਿੱਖ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਸੀ, ਸਿੱਖਾਂ ਨੂੰ ਕੀਤੀ ਸਪੁਰਦ ਹਰਗੋਬਿੰਦ ਦੀ ਬਾਂਹ ਪਕੜਾਈ, ਭਾਈ ਗੁਰਦਾਸ ਨੂੰ ਬੈਠ ਸਮਝਾਇਆ, ਸਾਡਾ ਲੱਗੇਗਾ ਸੀਸ ਨਿਸ਼ਚਾ ਹੈ ਆਇਆ, ਅਸਾਂ ਹੋਇਆ ਤੁਰਕਾਂ ਵਿੱਚ ਜਾਣਾ, ਉਹਨਾਂ ਕਰਨੀ ਹੈ ਹੁਜਤ, ਤੁਸੀਂ ਦੁਆਬੇ ਵਿੱਚ ਰੱਖਣਾ ਟਿਕਾਣਾ, ਛੁੱਟੇਗਾ ਸਰੀਰ ਸੰਸਾ ਨਹੀਂ ਕੋਈ, ਰਜਾਏ ਖੁਦਾਬੰਦੀ। ਇਸੇ ਤਰ੍ਹਾਂ ਹੋਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ 1606 ਦੇ ਵਿੱਚ ਹੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦਿਆਂ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਕਾਰਨਾਂ ਨੂੰ ਘੋਖਿਆ, ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ ਅਤੇ ਸਾਹਿਬ ਜੀ ਨੇ 4 ਧਰਮ ਯੁੱਧ ਲੜ ਕੇ ਫਤਿਹ ਕੀਤੇ, ਗੁਰੂ ਕੀ ਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਬੜਾ ਵੱਡਾ ਯੋਗਦਾਨ ਪਾਇਆ। ਸੋ ਅੱਜ ਸਾਰੀਆਂ ਸੰਗਤਾਂ ਨੂੰ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਗੱਦੀ ਨਸ਼ੀਨੀ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਨਾਮਵੀਰ ਸਿੰਘ, ਅੰਮ੍ਰਿਤਸਰ ਤੋਂ। ਅਸੀਂ ਤਾਂ ਹਰਿਮੰਦਰ ਸਾਹਿਬ ਤਕਰੀਬਨ ਰੋਜ਼ ਹੀ ਆਉਂਦੇ ਹਾਂ ਅਤੇ ਅੱਜ ਬੜਾ ਵੱਡਾ ਦਿਨ ਹੈ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ, ਉਹਨਾਂ ਦਾ ਅੱਜ ਗੁਰਗੱਦੀ ਦਿਵਸ ਹੈ ਅਤੇ ਸੰਗਤਾਂ ਬਹੁਤ ਆਉਂਦੀਆਂ ਨੇ। ਅੱਜ ਕੱਲ੍ਹ ਤਾਂ ਵੈਸੇ ਵੀ ਸ਼੍ਰੀ ਦਰਬਾਰ ਸਾਹਿਬ ਲੋਕ ਦੂਰੋਂ ਦੂਰੋਂ ਬਹੁਤ ਆਉਂਦੇ ਨੇ ਅਤੇ ਇੱਥੇ ਸਾਰਾ ਦਿਨ ਕੀਰਤਨ ਦਾ ਪ੍ਰਵਾਹ ਆਉਂਦਾ ਹੈ ਅਤੇ ਲੋਕ ਆਨੰਦ ਮਾਣਦੇ ਨੇ। ਬਹੁਤ ਆਨੰਦ ਆਇਆ ਜੀ। ਅਸੀਂ ਤਾਂ ਅਜੇ ਹੁਣ ਚੱਲੇ ਹਾਂ, ਅੰਦਰ ਦੇਖਦੇ ਹਾਂ ਕਿ ਅੰਦਰ ਜਾ ਪਾਉਂਦੇ ਹਾਂ ਕਿ ਨਹੀਂ ਜਾ ਪਾਉਂਦੇ। ਰਸ਼ ਬਹੁਤ ਹੁੰਦਾ, ਬਾਕੀ ਪਰਿਕਰਮਾ ਕਰਕੇ ਅਕਾਲ ਤਖ਼ਤ ਸਾਹਿਬ ਦੇ ਜਿਹੜਾ ਉਹਨਾਂ ਦਾ ਤਖ਼ਤ ਬਣਾਇਆ ਉਹਦੇ 'ਚ ਨਮਨ ਹੋ ਕੇ ਆਪਣੇ ਆਪ ਨੂੰ ਵਡਭਾਗਾ ਸਮਝਾ। ਹਾਂਜੀ, ਵਾਹਿਗੁਰੂ ਜੀ, ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਗੁਰਜੀਤ ਸਿੰਘ ਹੈ। ਕਿੱਥੇ ਹੋਇਆ ਜੀ? ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ। ਵਾਹਿਗੁਰੂ ਜੀ, ਅੱਜ ਹਰਿਮੰਦਰ ਸਾਹਿਬ ਆਏ ਜੀ, 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦਾ ਗੱਦੀ ਦਿਵਸ ਆ, ਕੀ ਕਹਿਣਾ ਚਾਹੁੰਦੇ, ਕਿੱਦਾਂ ਲੱਗਾ ਜੀ ਆ ਕੇ ਦਰਸ਼ਨ ਕੀਤੇ ਆ, ਜਦੋਂ ਸਾਹਿਬ ਦਰਸ਼ਨ ਕੀਤੇ ਕਿੱਦਾਂ ਲੱਗਾ? ਬਹੁਤ ਵਧੀਆ ਜੀ। ਹਰਿਮੰਦਰ ਸਾਹਿਬ ਅੰਦਰ ਪਹੁੰਚਦੇ ਬਹੁਤ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ। ਜੋ ਆਲੇ ਦੁਆਲੇ ਮਤਲਬ ਸਾਰਾ ਬੀਤਿਆ ਹੁੰਦਾ ਉਹ ਸਭ ਕੁਝ ਸਾਨੂੰ ਭੁੱਲ ਜਾਂਦਾ। ਇੱਥੇ ਆ ਕੇ ਬਹੁਤ ਮਨ ਨੂੰ ਸ਼ਾਂਤੀ ਮਿਲੀ। ਅੰਦਰ ਵੇਖਿਆ ਸੰਗਤਾਂ ਦਾ ਭਾਰੀ ਇਕੱਠ ਸੀ, ਬਹੁਤ ਸੰਗਤਾਂ ਲਾਈਨ 'ਚ ਲੱਗੀਆਂ, 4-4 ਘੰਟੇ ਲੱਗ ਰਹੇ, ਪਰ ਉਹਨਾਂ ਨੂੰ ਬਿਲਕੁਲ ਕੋਈ ਮਹਿਸੂਸ ਨਹੀਂ ਹੋ ਰਿਹਾ ਕੋਈ ਕਿਤੋਂ ਲੋਕਲ ਹੈ ਕੋਈ ਬਾਹਰੋਂ ਹੋਵੇ। ਬਹੁਤ ਆਰਾਮ ਨਾਲ ਠੰਡੇ ਸੁਭਾਅ ਨਾਲ ਖਲੋਤੀਆਂ ਲਾਗੇ ਸੇਵਾ ਕਰ ਰਹੇ ਨੇ, ਪਾਣੀ ਪਿਆ ਰਹੇ ਨੇ, ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ। ਗੁਰਤਾਗਰਦੀ ਦਿਵਸ ਨੂੰ ਕੀ ਕਹਿਣਾ ਚਾਹੁੰਦੇ ਹੋ ਮੱਥਾ ਟੇਕਣੇ? ਗੁਰਤਾਗਰਦੀ ਦਿਵਸ ਗੁਰੂ ਸਾਹਿਬ ਜੀ ਦਾ ਅੱਜ ਹੈ। ਸਾਨੂੰ ਸਭ ਸੰਗਤਾਂ ਨੂੰ ਚਾਹੀਦਾ ਕਿ ਆਪਸ ਦੇ ਵਿੱਚ ਮਿਲ ਬੈਠ ਕਰੀਏ, ਸਿੱਖਾਂ ਨੂੰ ਸਭ ਜੋ ਵੀ ਵੱਖਰੀਆਂ ਬਣੀਆਂ ਸਭ ਨੂੰ ਇਕੱਠੇ ਹੋਣਾ ਚਾਹੀਦਾ ਅਤੇ ਕੋਈ ਇਹੋ ਜਿਹੇ ਮਤਲਬ ਅੰਦਰ ਆ ਕੇ ਸਾਨੂੰ ਕੋਈ ਵੀ ਗਲਤ ਗੱਲ ਗੁਲਤ ਗਲਤ ਕੰਮ ਕਰਨਾ ਹੀ ਨਹੀਂ ਚਾਹੀਦਾ।
ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਉੱਥੇ ਆ ਕੇ ਮਨ ਨੂੰ ਸੁਣਿਆ? ਮਨ ਨੂੰ ਬਹੁਤ ਹੀ ਜ਼ਿਆਦਾ ਸ਼ਾਂਤੀ, ਸੰਤੁਸ਼ਟੀ ਅੰਦਰ ਜਾਈਦਾ। ਸਾਨੂੰ ਮਾਲਕ ਸਬਰ ਬਖਸ਼ਦਾ, ਜੋ ਦੁੱਖ ਤਕਲੀਫਾਂ ਆਉਂਦੀਆਂ ਸਭ ਮਾਲਕ ਦੂਰ ਕਰਦਾ, ਸਭ ਮਾਲਕ ਦੂਰ ਕਰਦਾ। ਬਹੁਤ ਵਧੀਆ, ਠੀਕ ਹੈ।